ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ 'ਚ ਲੋਕਡਾਊਨ ਕੀਤਾ ਗਿਆ ਤਾਂ ਜੋ ਇਸ ਮਹਾਮਾਰੀ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਪਰ ਇੰਝ ਲੱਗਦਾ ਹੈ ਜਿਵੇਂ ਲੋਕ ਸਮਝਣ ਨੂੰ ਹੀ ਤਿਆਰ ਨਹੀਂ। ਸਖ਼ਤ ਹੁਕਮਾਂ ਦੇ ਬਾਵਜੂਦ ਵੀ ਕਈ ਥਾਵਾਂ 'ਤੇ ਲੋਕਡਾਊਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਦਿਖਾਈ ਦਿੰਦੀਆਂ ਨੇ। ਕਿਤੇ ਲੋਕਾਂ 'ਤੇ ਕਿਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਸਮਾਜਿਕ ਦੂਰੀ ਦੀ ਉਲੰਘਣਾ ਹੋ ਰਹੀ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ, ਜਿੱਥੇ ਲੋਕਡਾਊਨ ਦੌਰਾਨ ਸਬਜ਼ੀ ਮੰਡੀਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਰਹੇ ਨੇ। ਪਹਿਲੀਆਂ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਦੀਆਂ ਨੇ, ਜਿੱਥੇ ਕੋਈ ਵੀ ਨਿਯਮ ਲਾਗੂ ਹੁੰਦਾ ਦਿਖਾਈ ਨਹੀਂ ਦਿੰਦਾ। ਸਬਜ਼ੀ ਮੰਡੀ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉੱਡ ਰਹੀਆਂ ਨੇ ਅਤੇ ਪ੍ਰਸ਼ਾਸਨ ਵੀ ਇਹਨਾਂ ਨਿਯਮਾਂ ਨੂੰ ਲਾਗੂ ਕਰਵਾਉਣ ਵਿੱਚ ਨਾਕਾਮ ਹੋ ਰਿਹਾ ਹੈ। ਜਦਕਿ ਦੂਜੀਆਂ ਤਸਵੀਰਾਂ ਹੁਸ਼ਿਆਰਪੁਰ ਦੇ ਕਸਬਾ ਗੜਸ਼ੰਕਰ ਦੀਆਂ ਨੇ, ਜਿੱਥੇ ਸਬਜ਼ੀ ਮੰਡੀ ਵਿੱਚ ਭੀੜ ਉਮੜਦੀ ਦੇਖ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ। ਦੂਜੇ ਪਾਸੇ ਅਧਿਕਾਰੀਆਂ ਮੁਤਾਬਕ ਉਹਨਾਂ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਭੀੜ ਨਾ ਕਰਨ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਨਾਲ ਹੀ ਹਾਲਾਤ ਵਿਗੜਦੇ ਦੇਖ ਸਖ਼ਤੀ ਵੀ ਕੀਤੀ ਜਾਂਦੀ ਹੈ, ਪਰ ਫਿਰ ਵੀ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਨਯੋਗ ਡੀ ਸਾਹਿਬ ਵੱਲੋਂ ਜਿਹੜੀ ਸਵੇਰੇ 6 ਤੋਂ 9 ਵਜੇ ਤੱਕ ਮੈਡੀਕਲ ਅਤੇ ਗਰੋਸਰੀ ਦੀਆਂ ਦੁਕਾਨਾਂ ਸੰਬੰਧੀ ਢਿੱਲ ਦਿੱਤੀ ਗਈ ਹੈ, ਉਹਦੇ ਸੰਬੰਧ ਵਿੱਚ ਅੱਜ ਅਸੀਂ ਚੈਕਿੰਗ ਕਰਨ ਲਈ ਨਿਕਲੇ ਸੀ DSP ਸਾਹਿਬ ਅਤੇ ਅਸੀਂ ਪਹਿਲਾਂ ਤਾਂ ਮੰਡੀ ਵਿੱਚ ਚੈਕਿੰਗ ਕੀਤੀ ਹੈ। ਮੰਡੀ 'ਚ ਜਿਹੜੇ ਰਿਟੇਲ ਆਉਂਦੇ ਸੀ ਗਾਹਕ, ਉਹਨਾਂ ਨੂੰ ਅਸੀਂ 8-10 ਬੰਦਿਆਂ ਨੂੰ ਉੱਥੋਂ ਉਹਨਾਂ ਦੇ ਚਲਾਨ ਕੀਤੇ ਆ। ਉਹਨਾਂ ਦੀਆਂ ਮੋਟਰਸਾਈਕਲ ਅਜੇ ਤੱਕ ਉੱਥੇ ਚਲਾਨ ਹੀ ਹੋ ਰਹੇ ਆ, ਅਤੇ ਬਾਕੀ ਸਾਰੇ ਸ਼ਹਿਰ 'ਚ ਘੁੰਮ ਕੇ ਦੇਖਿਆ ਗਿਆ ਕਿ ਸੋਸ਼ਲ ਜਿਹੜੀ ਡਿਸਟੈਂਸਿੰਗ ਹੈਗੀ ਹੈ ਉਹ ਫੋਲੋ ਹੋ ਰਹੀ ਹੈ ਕਿ ਨਹੀਂ ਹੋ ਰਹੀ। ਔਰ ਇਸਦੇ ਸੰਬੰਧ ਵਿੱਚ ਜਿਹੜੀ ਰਿਪੋਰਟ ਹੈ ਉਹ ਡੀ ਸੀ ਮੈਡਮ ਨੂੰ ਦਿੱਤੀ ਜਾਣੀ। ਬਸ ਜੋ ਵੀ ਆ ਮੰਡੀ ਦੇ ਪ੍ਰਧਾਨ ਜਾਣੂ ਕਰਾਇਆ ਗਿਆ, ਜਿਹੜਾ ਇਹਨਾਂ ਦੇ ਗੋਲੇ ਬਣਾਏ ਗਏ ਨੇ ਸੋਸ਼ਲ ਡਿਸਟੈਂਸ ਰੱਖਣ ਵਾਸਤੇ, ਦੂਰ ਦੂਰ ਖੜ੍ਹ ਕੇ ਤਾਂ ਆਪਾਂ ਉਹਦੀ ਇਹ ਜਿਹੜਾ ਸਬਜ਼ੀ ਵੇਚ ਰਹੇ ਨੇ, ਸੋਸ਼ਲ ਡਿਸਟੈਂਸ ਇਹਨਾਂ ਨੇ ਬਣਾ ਕੇ ਰੱਖਿਆ ਅਤੇ ਮੂੰਹ ਢੱਕ ਕੇ ਰੱਖਣ ਆਪਦੇ ਸਾਰਿਆਂ ਨੇ ਜਾਣੂ ਕਰਾਇਆ ਗਿਆ। ਲੋਕਡਾਊਨ ਲਾਗੂ ਹੋਏ ਨੂੰ ਕਰੀਬ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਇਸ ਦੌਰਾਨ ਪਹਿਲਾਂ ਕਰਫਿਊ ਅਤੇ ਫਿਰ ਲੋਕਡਾਊਨ ਤੋੜਨ ਵਾਲਿਆਂ 'ਤੇ ਪੁਲਿਸ ਨੇ ਸਖ਼ਤੀ ਕੀਤੀ, ਜਿਸ ਕਾਰਨ ਲੋਕਾਂ ਨੇ ਪੁਲਿਸ ਨੂੰ ਨਰਮੀ ਵਰਤਣ ਲਈ ਸਰਕਾਰ ਅੱਗੇ ਸ਼ਿਕਾਇਤਾਂ ਵੀ ਕੀਤੀਆਂ। ਜਿਸ ਤੋਂ ਬਾਅਦ ਸਰਕਾਰ ਨੇ ਪੁਲਿਸ ਨੂੰ ਨਰਮੀ ਨਾਲ ਕੰਮ ਕਰਨ ਦੇ ਹੁਕਮ ਸੁਣਾਏ। ਹੁਣ ਜਦੋਂ ਨਰਮੀ ਵਰਤੀ ਗਈ ਹੈ ਤਾਂ ਇੰਝ ਜਾਪਦਾ ਹੈ ਜਿਵੇਂ ਲੋਕ ਨਰਮੀ ਦਾ ਗਲਤ ਫਾਇਦਾ ਚੁੱਕ ਰਹੇ ਹੋਣ। ਅਜਿਹੇ ਵਿੱਚ ਜੇਕਰ 1 ਵਿਅਕਤੀ ਵੀ ਇਹਨਾਂ ਮੰਡੀਆਂ ਵਿੱਚ ਕੋਰੋਨਾ ਪੋਜ਼ਿਟਿਵ ਹੋਇਆ ਤਾਂ ਉਹ ਪੂਰੀ ਮੰਡੀ ਨੂੰ ਮਨੁੱਖੀ ਬੰਬ ਵਾਂਗੂ ਲੈ ਬੈਠੇਗਾ ਅਤੇ ਪਤਾ ਨਹੀਂ ਕਿੰਨੇ ਹੀ ਲੋਕ ਉਸ ਤੋਂ ਬਿਮਾਰੀ ਲੈ ਕੇ ਆਪਣੇ ਘਰਾਂ ਨੂੰ ਜਾਣਗੇ। ਲਿਹਾਜ਼ਾ ਲੋਕਾਂ ਨੂੰ ਅਜਿਹੇ ਮੌਕੇ ਸੰਜਮ ਅਤੇ ਸਮਝ ਤੋਂ ਕੰਮ ਲੈਣ ਦੀ ਲੋੜ ਹੈ। ਫਾਜ਼ਿਲਕਾ ਤੋਂ ਇੰਦਰਜੀਤ ਸਿੰਘ ਦੇ ਨਾਲ ਗੜਸ਼ੰਕਰ ਤੋਂ ਸੰਜੀਵ ਕੁਮਾਰ, ਪੰਜਾਬੀ ਲੋਕ ਚੈਨਲ।